ਪਹਿਲਾਂ ਅਸੀਂ ਚਾਰ ਪੰਜ ਦੋਸਤ ਮਤਲਬ ਗਏ ਸੀਗੇ ਟ੍ਰੇਨਾਂ ਬੱਸਾਂ ਅਤੇ ਕਾਰਾਂ 'ਤੇ, ਖਰਚਾ ਬਹੁਤ ਜ਼ਿਆਦਾ ਆ ਗਿਆ ਜੀ ਉੱਥੇ, ਰੂਮਾਂ ਦਾ ਖਰਚਾ ਆ ਗਿਆ ਸੀ। ਅਤੇ ਉਸ ਤੋਂ ਬਾਅਦ ਜੀ ਜਦੋਂ ਸਾਨੂੰ ਪਤਾ ਲੱਗਿਆ ਵੀ ਖਰਚਾ ਬਹੁਤ ਆ ਜਾਂਦਾ ਜੀ, ਉਸ ਤੋਂ ਬਾਅਦ ਅਸੀਂ ਮਤਲਬ ਮੈਂ ਗੁਰਮੀਤ ਆ ਜਿਹੜਾ ਆਪਣੇ ਨਰੂਆਣੇ ਦੇ ਆ, ਇਹਨਾਂ ਨੇ ਨਾਲ ਗੱਲ ਕੀਤੀ, ਮੈਂ ਕਿਹਾ ਵੀ ਆਪਾਂ ਸਾਈਕਲਾਂ 'ਤੇ ਚੱਲੀਏ। ਅਤੇ ਫਿਰ ਅਸੀਂ ਲੋੜਵੰਦ ਕੁਛ ਕੁ ਸਮਾਨ ਲੈ ਕੇ ਜੀ ਅਸੀਂ ਹਿਮਾਚਲ ਦਾ ਟੂਰ ਕੱਢਣ ਜਾ ਵੜੇ ਸੀ, ਜਿਹੜਾ 27 ਦਿਨਾਂ ਦਾ ਸੀ। ਸਾਈਕਲ ਦੇ ਉੱਤੇ ਸਾਡੇ ਜਿਹੜਾ ਪਿੱਛੇ ਭਾਰ ਹੁੰਦਾ ਸੀ ਉਹ ਵੀ ਘੱਟੋ ਘੱਟ 40-45 ਕਿਲੋ ਵਜ਼ਨ ਹੁੰਦਾ ਸੀ, ਉਹਨੂੰ ਸਾਰਾ ਪੈਦਲ ਹੀ ਚੜਾਉਣਾ ਜੀ। ਸਾਈਕਲ ਤਾਂ ਚੱਲਣਾ ਨਹੀਂ ਸੀ, ਇੱਕ ਤਾਂ ਹੈ ਵੀ ਸਾਡੇ ਕੋਲ ਸਿੰਪਲ ਜਿਹੇ ਸਾਈਕਲ। ਕਾਫੀ ਪੁੱਛਦੇ ਵੀ ਕਿੱਧਰ ਜਾ ਰਹੇ ਹੋ, ਲੇਹ ਸਾਡਾ ਬੋਰਡ ਲੱਗਿਆ ਹੁੰਦਾ ਸੀ ਆਪਦਾ ਆਪਦਾ ਵੀ ਵਿਦਆਊਟ ਮਨੀ ਚੱਲੇ ਹਾਂ, ਲੋਕ ਰਾਸਤਿਆਂ ਦੇ ਵਿੱਚ ਚਾਹ ਪਾਣੀ ਦੇਣਾ ਜੀ, ਕਹਿ ਦਈਏ ਵੀ ਕੁਝ ਖਾਣ ਪੀਣ ਨੂੰ ਵੀ ਦੇ ਜਾਣਾ, ਅਤੇ ਲੋਕਾਂ ਦਾ ਬਹੁਤ ਜ਼ਿਆਦਾ ਸਹਿਯੋਗ ਰਿਹਾ ਜੀ ਸਾਨੂੰ ਅੱਗੇ ਵਧਣ ਦੇ ਵਿੱਚ, ਅਤੇ ਉਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਡੀ ਸਪੋਰਟ ਕੀਤੀ। ਟੋਟਲ ਅਸੀਂ ਜੀ 2500 ਕਿਲੋਮੀਟਰ ਦੇ ਅਰਾਊਂਡ ਜਾ ਆਏ, ਅਤੇ 62 ਦਿਨ ਦਾ ਟੂਰ ਸੀਗਾ ਸਾਡਾ ਜੀ। ਮਤਲਬ ਕੋਈ ਪਲਾਨ ਨਹੀਂ ਸੀ ਵੀ ਇੰਨੇ 62 ਦਿਨ ਹੀ ਲੱਗਣਗੇ, ਬਸ ਇੱਥੇ ਹੀ ਚੱਲਦੇ ਗਏ, ਅਤੇ ਟੋਟਲ 62 ਦਿਨ ਲਾ ਕੇ ਆ ਗਏ ਸੀ। ਕਹਿੰਦੇ ਨੇ ਸ਼ੌਂਕ ਦਾ ਕੋਈ ਮੁੱਲ ਨਹੀਂ ਹੁੰਦਾ, ਅਤੇ ਅੱਜ ਤੁਹਾਨੂੰ ਦੋ ਅਜਿਹੇ ਨੌਜਵਾਨ ਬਠਿੰਡੇ ਦੇ ਮਿਲਾਉਣ ਜਾ ਰਹੇ ਹਾਂ ਜਿਹੜੇ ਕਿ ਆਪਣਾ ਸ਼ੌਂਕ ਪੂਰਾ ਕਰਨ ਲਈ ਘਰੋਂ ਨਿਕਲੇ, ਅਤੇ ਨਿਕਲੇ ਵੀ ਸਾਈਕਲਾਂ 'ਤੇ। ਸਾਈਕਲ ਵੀ ਕੋਈ ਮਹਿੰਗੇ ਨਹੀਂ, ਰੇਂਜਰ ਨਹੀਂ, ਜਾਂ ਸਗੋਂ ਦੇਸੀ ਸਾਈਕਲ ਜਿਹੜੇ ਆਮ ਰੂਟੀਨ 'ਚ ਘਰਾਂ ਵਿੱਚ ਵਰਤੇ ਜਾਂਦੇ ਆ ਸਸਤੇ ਸਾਈਕਲ, ਉਹਨਾਂ 'ਤੇ ਨਿਕਲੇ ਅਤੇ ਕਰੀਬ 62 ਦਿਨਾਂ ਦੀ ਯਾਤਰਾ ਜਿਹੜੀ ਸਾਈਕਲ 'ਤੇ ਕੀਤੀ, ਪਹਾੜਾਂ 'ਚ ਗਏ, ਬਰਫ਼ ਦੇ ਨਜ਼ਾਰੇ ਲਏ। ਬੇਸ਼ੱਕ ਇੱਛਾ ਸੀ ਇਹਨਾਂ ਦੀ ਕਿ ਗੱਡੀਆਂ 'ਤੇ ਜਾਇਆ ਜਾਵੇ, ਟ੍ਰੇਨ 'ਤੇ ਜਾਇਆ ਜਾਵੇ, ਜਾਂ ਜਹਾਜ਼ 'ਤੇ ਜਾਇਆ ਜਾਵੇ, ਪਰ ਪਰਿਵਾਰ ਵੱਲੋਂ ਅਲਾਓ ਨਹੀਂ ਕੀਤਾ ਗਿਆ, ਪੈਸੇ ਨਾ ਹੋਣ ਕਰਕੇ। ਇਹਨਾਂ ਨੇ ਆਪਦਾ ਸ਼ੌਂਕ ਵੀ ਪੂਰਾ ਕੀਤਾ ਅਤੇ ਨਜ਼ਾਰੇ ਵੀ ਲਏ ਹੈ। +2 ਪਾਸ ਕਰਕੇ ਛੁੱਟੀਆਂ ਦੇ ਦਿਨਾਂ 'ਚ ਕਿਸ ਤਰ੍ਹਾਂ ਨਜ਼ਾਰੇ ਲਏ ਆ, ਸਾਈਕਲ 'ਤੇ ਗਏ ਆ, ਪੂਰੀ ਗੱਲਬਾਤ ਕਰਦੇ ਹਾਂ ਨੌਜਵਾਨਾਂ ਨਾਲ। ਭਾਅ ਜੀ ਕੀ ਨਾਮ ਹੈ ਸਭ ਤੋਂ ਪਹਿਲਾਂ ਤੁਹਾਡਾ? ਮੇਰਾ ਨਾਮ ਜਸਵਿੰਦਰ ਸਿੰਘ ਹੈ ਜੀ, ਮੈਂ ਲਾਲ ਸਿੰਘ ਬਸਤੀ ਦਾ ਰਹਿਣ ਵਾਲਾ ਜੀ, ਬਠਿੰਡੇ। ਜਸਵਿੰਦਰ ਕੀ ਸ਼ੌਂਕ ਹੈ ਮਨ 'ਚ ਸਾਈਕਲਾਂ ਦੀ, ਦਬਦੀ ਕਿੱਲੀ ਆਪਾਂ ਜੀ? ਪਹਿਲਾਂ ਅਸੀਂ 4-5 ਦੋਸਤ ਮਤਲਬ ਗਏ ਸੀਗੇ ਜੀ ਟ੍ਰੇਨਾਂ ਬੱਸਾਂ 'ਤੇ ਕਾਰਾਂ 'ਤੇ, ਖਰਚਾ ਬਹੁਤ ਜ਼ਿਆਦਾ ਆ ਗਿਆ ਜੀ ਉੱਥੇ, ਰੂਮਾਂ ਦਾ ਖਰਚਾ ਆ ਗਿਆ ਸੀ। ਅਤੇ ਉਸ ਤੋਂ ਬਾਅਦ ਜੀ ਜਦੋਂ ਸਾਨੂੰ ਪਤਾ ਲੱਗਿਆ ਵੀ ਖਰਚਾ ਬਹੁਤ ਆ ਜਾਂਦਾ ਜੀ, ਉਸ ਤੋਂ ਬਾਅਦ ਅਸੀਂ ਮਤਲਬ ਮੈਂ ਗੁਰਮੀਤ ਜਿਹੜਾ ਆਪਣੇ ਨਰੂਆਣੇ ਦੇ ਆ, ਇਹਨਾਂ ਨੇ ਨਾਲ ਗੱਲ ਕੀਤੀ, ਮੈਂ ਕਿਹਾ ਵੀ ਆਪਾਂ ਸਾਈਕਲਾਂ 'ਤੇ ਚੱਲੀਏ। ਅਤੇ ਫਿਰ ਅਸੀਂ ਲੋੜਵੰਦ ਕੁਛ ਕੁ ਸਮਾਨ ਲੈ ਕੇ ਜੀ ਅਸੀਂ ਹਿਮਾਚਲ ਦਾ ਟੂਰ ਕੱਢਣ ਜਾ ਵੜੇ ਸੀ, ਜਿਹੜਾ 27 ਦਿਨਾਂ ਦਾ ਸੀ। 27 ਦਿਨਾਂ ਦੇ ਕਿੱਥੇ ਕਿੱਥੇ ਘੁੰਮੇ ਪਹਿਲਾਂ ਤੁਸੀਂ, ਫਿਰ ਉਦੋਂ ਬਾਅਦ ਦੂਜਾ ਟੂਰ ਕਿੱਥੇ, ਉਹ ਵੀ ਸਾਰਾ ਡਿਟੇਲ 'ਚ? ਹਾਂਜੀ ਹਾਂਜੀ, ਅਤੇ ਹਿਮਾਚਲ ਦੇ ਵਿੱਚ ਮਤਲਬ ਬਹੁਤ ਜ਼ਿਆਦਾ ਵਧੀਆ ਰਹੇ ਜੀ, ਵੀ ਆਪਣੇ ਗੁਰੂ ਘਰਾਂ ਦੇ ਵਿੱਚ ਆਪਾਂ ਨੂੰ ਰਹਿਣ ਸਹਿਣ ਨੂੰ, ਅਤੇ ਵੀ ਕਹਿ ਦਈਏ ਵੀ ਖਾਣ ਪੀਣ ਨੂੰ, ਨਹਾਉਣ ਨੂੰ, ਮਤਲਬ ਕਿਸੇ ਚੀਜ਼ ਦੀ ਦਿੱਕਤ ਨਹੀਂ ਆਈ ਜੀ। ਅਤੇ ਉਸ ਤੋਂ ਬਾਅਦ ਆਪਣੇ ਹਿਮਾਚਲ ਪ੍ਰਦੇਸ਼ ਦੇ ਵਿੱਚ ਲੋਕਾਂ ਨੇ ਵੀ ਬਹੁਤ ਜ਼ਿਆਦਾ ਮਦਦ ਕੀਤੀ, ਅਸੀਂ ਰਹੇ ਉੱਥੇ ਅਤੇ ਉਹਨਾਂ ਨੇ ਵੀ ਕੋਈ ਦਿੱਕਤ ਨਹੀਂ ਆਉਣ ਦਿੱਤੀ। ਕੁੱਲੂ ਮਨਾਲੀ ਅਟਲ ਟਨਲ ਤੱਕ ਗਏ ਸੀ, ਅਟਲ ਟਨਲ 'ਤੇ ਠੰਡ ਬਹੁਤ ਜ਼ਿਆਦਾ ਹੋ ਗਈ ਸੀ ਜਿਹਦੇ ਕਾਰਨ ਸਾਨੂੰ ਘਰ ਵਾਪਸੀ ਕਰਨੀ ਪਈ, ਉਹ 27 ਦਿਨਾਂ ਦਾ ਟੂਰ ਸੀ ਜੀ। ਉਸ ਤੋਂ ਬਾਅਦ ਜਦੋਂ ਅਸੀਂ ਘਰ ਆ ਗਏ, ਫਿਰ ਘਰਦਿਆਂ ਨਾਲ ਗੱਲ ਕੀਤੀ ਵੀ ਸਾਨੂੰ ਥੋੜ੍ਹਾ ਜਿਹਾ ਸਮਾਨ ਚਾਹੀਦਾ, ਠੰਡ ਠੁੰਡ ਵਾਲਾ ਵੀ ਕਹਿ ਦਈਏ ਵੀ ਗਾਹਾਂ, ਵੀ ਉੱਧਰ ਠੰਡ ਬਹੁਤ ਜ਼ਿਆਦਾ ਹੋ ਜਾਂਦੀ ਆ। ਅਤੇ ਘਰਦੇ ਫਿਰ ਥੋੜ੍ਹਾ ਜਿਹਾ ਕਰਦੇ ਹੁੰਦੇ ਵੀ ਜਵਾਕ ਨੂੰ ਇੰਨੀ ਦੂਰ ਭੇਜਣਾ ਹੈ ਨਾ, ਅਤੇ ਉਹ ਥੋੜ੍ਹਾ ਜਿਹਾ ਮਤਲਬ ਸੈਡ ਜਿਹੇ ਹੋ ਗਏ, ਕਹਿੰਦੇ ਵੀ ਯਾਰ ਨਾ ਜਾਓ, ਕਿਉਂ, ਤੁਸੀਂ ਆਪਦਾ ਘਰ ਵੀ ਕੋਈ ਕੰਮ ਕਾਰ ਕਰ ਲਓ। ਅਤੇ ਅਸੀਂ ਫਿਰ ਆਖਿਆ ਵੀ ਇੱਕ ਵਾਰ ਅਸੀਂ ਜਾ ਆਈਏ, ਵੀ ਘੁੰਮਣ ਫਿਰਨ ਦਾ ਸ਼ੌਂਕ ਸੀਗਾ ਜੀ, ਅਤੇ ਸ਼ੌਂਕ ਵੀ ਪੂਰਾ ਕਰਨਾ ਸੀ ਅਤੇ ਪੈਸੇ ਵੀ ਹੈਣੀ ਸੀ। ਹਾਂਜੀ ਹਾਂਜੀ, ਅਤੇ ਇਹ ਚੀਜ਼ ਸੀ। ਅਤੇ ਉਹ ਤੋਂ ਬਾਅਦ ਡੈਡੀ ਕਹਿੰਦੇ ਵੀ ਚਲੋ ਠੀਕ ਆ, ਕੁਛ ਅਸੀਂ ਮੰਨ ਕੇ ਚਲੋ ਵੀ ਸਲੀਪਿੰਗ ਬੈਗ ਹੋ ਗਿਆ ਜੀ, ਅਤੇ ਕੋਟ ਕੁਟ ਆਪਦਾ ਸਾਰਾ ਸਮਾਨ ਲੈ ਕੇ ਜੰਮੂ ਕਸ਼ਮੀਰ ਕੰਨੀ ਨਿਕਲ ਗਈ। ਅਤੇ ਕਸ਼ਮੀਰ ਜਦੋਂ ਪਹੁੰਚੇ ਜੀ, ਉੱਥੇ ਮਤਲਬ ਬਹੁਤ ਜ਼ਿਆਦਾ ਕਸ਼ਮੀਰੀ ਜਿਹੜੇ ਲੋਕ ਸੀਗੇ ਜੀ, ਉਹਨਾਂ ਨੇ ਸਾਡੀ ਬਹੁਤ ਜ਼ਿਆਦਾ ਹੈਲਪ ਕੀਤੀ, ਰਹਿਣ ਨੂੰ, ਖਾਣ ਪੀਣ ਨੂੰ, ਅਤੇ ਕਹਿ ਦਈਏ ਵੀ ਸੌਣ ਤੱਕ ਕੱਪੜੇ ਲੀੜੇ ਸਾਰਾ ਤੱਕ ਪ੍ਰਬੰਧ ਕੀਤਾ। ਜਿਵੇਂ ਕਹਿ ਦਿੰਦੇ ਆ ਵੀ ਕਸ਼ਮੀਰ ਬਹੁਤ ਜ਼ਿਆਦਾ ਵੀ ਖਤਰਾ ਹੈ ਨਾ, ਵੀ ਉਹ ਚੀਜ਼ ਸਾਨੂੰ ਮਹਿਸੂਸ ਨਹੀਂ ਹੋਈ, ਅਸੀਂ ਲੋਕਾਂ ਦੇ ਘਰਾਂ ਦੇ ਵਿੱਚ ਵੀ ਰਹੇ।
ਤੇ ਉਸ ਤੋਂ ਬਾਅਦ ਅਸੀਂ ਵਾਪਸ ਮਤਲਬ ਲੇਹ ਕੰਨੀ ਜਦੋਂ ਜਾ ਰਹੇ ਸੀ ਉੱਥੇ ਆਕਸੀਜਨ ਦੀ ਬਹੁਤ ਜ਼ਿਆਦਾ ਪ੍ਰੋਬਲਮ ਸੀ, ਜਿਵੇਂ ਕਹਿ ਦਈਏ ਵੀ ਦਰਖਤ ਹੈ ਨਹੀਂ ਜੀ ਉੱਧਰ, ਅਤੇ ਰਾਤ ਨੂੰ ਦਿਲ 'ਚ ਦਰਦ ਉੱਠ ਖੜ੍ਹਨਾ, ਅਤੇ ਉਸ ਤੋਂ ਬਾਅਦ ਵੀ ਨੱਕ ਰਾਹੀਂ ਖੂਨ ਆਉਣਾ, ਮੂੰਹ ਰਾਹੀਂ ਖੂਨ ਆਉਣਾ। ਸਾਈਕਲ ਦੇ ਉੱਤੇ ਸਾਡੇ ਜਿਹੜਾ ਪਿੱਛੇ ਭਾਰ ਹੁੰਦਾ ਸੀ ਉਹ ਵੀ ਘੱਟੋ ਘੱਟ 40-45 ਕਿਲੋ ਵਜ਼ਨ ਹੁੰਦਾ ਸੀ, ਉਹਨੂੰ ਸਾਰਾ ਪੈਦਲ ਹੀ ਚੜ੍ਹਾਉਣਾ ਜੀ। ਸਾਈਕਲ ਤਾਂ ਚੱਲਣਾ ਨਹੀਂ ਸੀ, ਇੱਕ ਤਾਂ ਹੈ ਵੀ ਸਾਡੇ ਕੋਲ ਸਿੰਪਲ ਜਿਹੇ ਸਾਈਕਲ ਸੀਗੇ, ਐਟਲਸ ਕਹਿ ਦਿੰਦੇ ਜੀ। ਅਤੇ ਉਹ ਤੋਂ ਬਾਅਦ ਜਦੋਂ ਲੇਹ ਦੇ ਵਿੱਚ ਪਹੁੰਚ ਗਈ ਉੱਥੇ ਬਹੁਤ 2-3 ਦਿਨ ਤਬੀਅਤ ਮੇਰੀ ਬਹੁਤ ਜ਼ਿਆਦਾ ਖਰਾਬ ਰਹੀ। ਅਤੇ ਉਸ ਤੋਂ ਬਾਅਦ ਮਤਲਬ ਵੀ ਇੱਕ ਟਰੱਕ ਵਾਲੇ ਬਾਈ ਸੀਗੇ ਜਿਹੜੇ ਉਹ ਆਪਣੇ ਸੰਗਰੂਰ ਦੇ ਸੀ, ਉਹ ਕਹਿੰਦੇ ਵੀ ਕੀ ਚੱਕਰ ਆ ਵੀ ਇਹ ਤੋਂ ਬਾਅਦ ਕਿੱਥੇ ਜਾਊਂਗੇ। ਉਸ ਤੋਂ ਬਾਅਦ ਅਸੀਂ ਉਹਨਾਂ ਨੂੰ ਆਖਿਆ ਵੀ ਅਸੀਂ ਘਰ ਵਾਪਸੀ ਕਰਨੀ ਹੈ ਜੀ। ਅਤੇ ਫਿਰ ਮੈਂ ਉਹ ਨਾਲ ਵਾਲੇ ਨਾਲ ਗੱਲ ਕੀਤੀ ਵੀ ਆਪਾਂ ਸਹੀ ਸਲਾਮਤ ਇੱਕ ਵਾਰ ਘਰ ਪਹੁੰਚ ਜਾਈਏ, ਸਿਹਤ ਤੋਂ ਵੱਧ ਕੇ ਕੋਈ ਚੀਜ਼ ਨਹੀਂ ਹੁੰਦੀ, ਮਤਲਬ ਆਪਾਂ ਦੂਸਰੀ ਵਾਰ ਟੂਰ ਕੱਢਾਂਗੇ ਹੋਰ ਸਾਈਡ। ਅਤੇ ਫਿਰ ਸਾਨੂੰ ਸਹੀ ਸਲਾਮਤ ਜੀ ਸੰਗਰੂਰ ਸ਼ਹਿਰ ਦੇ ਵਿੱਚ ਲਿਆਏ ਸੀ, ਉਸ ਤੋਂ ਬਾਅਦ ਅਸੀਂ ਘਰ ਵਾਪਸੀ ਕੀਤੀ। ਹਾਂਜੀ, ਮੁਸ਼ਕਿਲ ਕੋਈ ਆਈ ਸਾਈਕਲ 'ਤੇ ਗਏ ਹੋ ਰਾਜ, ਕੋਈ ਮੁਸ਼ਕਿਲ ਦਾ ਸਾਹਮਣਾ ਕਰਨਾ ਪਿਆ? ਨਹੀਂ ਜੀ, ਮੁਸ਼ਕਿਲ ਤਾਂ ਕੋਈ ਨਹੀਂ ਆਈ, ਬਸ ਕਹਿ ਦਈਏ ਵੀ ਨੋਰਮਲੀ ਜੀ ਆਈ, ਬਸ ਆਪਣਾ ਵੀ ਸਾਹ ਦੀ ਪ੍ਰੋਬਲਮ ਜਿਹੜੀ ਤੁਹਾਨੂੰ ਦੱਸੀ ਆ ਜੀ, ਵੀ ਬਸ ਬੁਖਾਰ ਬਖੂਰ ਬਹੁਤ ਜ਼ਿਆਦਾ, ਪਾਣੀ ਖਰਾਬ ਆਈ, ਮਤਲਬ ਵੀ ਜਦੋਂ ਉੱਥੇ ਜਾ ਕੇ ਆਈ ਤੁਹਾਨੂੰ ਵੈਸੇ ਰਸਤੇ 'ਚ ਕੋਈ ਸਮੱਸਿਆ ਨਹੀਂ? ਨਹੀਂ, ਰਸਤੇ 'ਚ ਕੋਈ ਸਮੱਸਿਆ ਨਹੀਂ। ਲੋਕਾਂ ਦਾ ਕਿਸ ਤਰ੍ਹਾਂ ਰਿਸਪੌਂਸ, ਜੋ ਜਾਂਦੇ ਸੀ ਰਾਜ ਪੁੱਛਦੇ ਸੀ ਵੀ ਸਾਈਕਲਾਂ 'ਤੇ ਕਿੱਧਰ ਚੱਲ ਪਏ ਬੰਦੇ? ਇਹ ਹਾਂਜੀ, ਕਾਫੀ ਪੁੱਛਦੇ ਵੀ ਕਿੱਧਰ ਜਾ ਰਹੇ ਹੋ, ਲੇਹ ਸਾਡਾ ਬੋਰਡ ਲੱਗਿਆ ਹੁੰਦਾ ਸੀ, ਆਪਦਾ ਆਪਦਾ ਵੀ ਵਿਦਾਊਟ ਮਨੀ ਚੱਲਿਆ, ਲੋਕ ਰਸਤਿਆਂ ਦੇ ਵਿੱਚ ਚਾਹ ਪਾਣੀ ਦੇਣਾ ਜੀ, ਕਹਿ ਦਈਏ ਵੀ ਕੁਝ ਖਾਣ ਪੀਣ ਨੂੰ ਵੀ ਦੇ ਜਾਣਾ, ਅਤੇ ਲੋਕਾਂ ਦਾ ਬਹੁਤ ਜ਼ਿਆਦਾ ਸਹਿਯੋਗ ਰਿਹਾ ਸਾਨੂੰ ਅੱਗੇ ਵਧਣ ਦੇ ਵਿੱਚ, ਅਤੇ ਉਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਡੀ ਸਪੋਰਟ ਕੀਤੀ ਜੀ। ਕਿਸ ਤਰ੍ਹਾਂ ਦਾ ਅਨੁਭਵ ਕਿਸ ਤਰ੍ਹਾਂ ਦਾ ਰਿਹਾ ਨੌਜਵਾਨ ਹੋ, ਸਾਈਕਲ ਸੂਕਲ ਚਲਾ ਲਿਆ, ਸੌਖਾ ਰਿਹਾ ਕੰਮ? ਹਾਂ, ਸਾਈਕਲ ਥੋੜ੍ਹੇ ਸ਼ੁਰੂ 'ਚ 10-15 ਦਿਨ ਕਾਫੀ ਔਖੇ ਹੋਏ ਸੀਗੇ, ਲੱਤਾਂ 'ਚ ਮਤਲਬ ਦਰਦ ਹੁੰਦਾ ਸੀਗਾ, ਅਤੇ ਫਿਰ ਇਦੂ ਬਾਅਦ ਮਤਲਬ ਆਦਤ ਪੈ ਗਈ ਸਾਨੂੰ ਉੱਦਾਂ ਹੀ, ਪਹਾੜੀਆਂ ਅਸੀਂ ਪੈਦਲ ਚੜ੍ਹਾਉਂਦੇ ਸੀ, ਬਸ ਜਦੋਂ ਢਾਲ ਆ ਜਾਂਦੀ ਸੀ ਉਦੋਂ ਫਿਰ ਰੁੜੇ ਹੀ ਜਾਂਦੇ, ਉਹ ਤਾਂ ਪੂਰਾ ਸਵਾਦ ਵਾਲਾ ਕੰਮ ਹੀ ਸੀਗੇ। ਅਤੇ ਬਾਕੀ ਇੱਦਾਂ ਹੀ ਬਸ ਸਫ਼ਰ ਵਧੀਆ ਰਿਹਾ ਪੂਰਾ, ਅਤੇ ਲੋਕਾਂ ਨੇ ਬਹੁਤ ਜ਼ਿਆਦਾ ਪਿਆਰ ਦਿੱਤਾ ਉੱਥੋਂ ਦੇ, ਯਾਨੀ ਘਰਾਂ 'ਚ ਰੱਖਿਆ, ਖਵਾਇਆ ਪਿਆਇਆ ਜੀ ਵਧੀਆ। ਅਤੇ ਸਾਰੀ ਜਾਤਾ ਸੀ, ਕਿੰਨੇ ਕਿਲੋਮੀਟਰ ਟੋਟਲ ਹੋ ਗਏ ਸੀ, ਕਿੰਨੇ ਦਿਨ ਤੁਹਾਨੂੰ ਲੱਗੇ ਹੈਗੇ? ਟੋਟਲ ਅਸੀਂ ਜੀ 2500 ਕਿਲੋਮੀਟਰ ਦੇ ਅਰਾਊਂਡ ਜਾਏ, ਅਤੇ 62 ਦਿਨ ਦਾ ਟੂਰ ਸੀਗਾ ਇਹ ਸਾਡਾ ਜੀ, ਮਤਲਬ ਕੋਈ ਪਲਾਨ ਨਹੀਂ ਸੀ ਵੀ ਇੰਨੇ 62 ਦਿਨ ਹੀ ਲੱਗਣਗੇ, ਬਸ ਇੱਦਾਂ ਹੀ ਚੱਲਦੇ ਗਏ, ਅਤੇ ਟੋਟਲ 62 ਦਿਨ ਲਾ ਕੇ ਆ ਗਏ ਸੀ ਲੇਹ ਤੱਕ। ਮਕਸਦ ਕੀ ਸੀ ਜਾਣ ਦਾ, ਸਾਈਕਲਾਂ ਦੀ ਦੱਬਦੀ ਕਿੱਲੀ ਜਿਹੜੀ ਇੰਨੀ ਦੂਰ, ਪਹਿਲਾਂ ਸੋਚਿਆ ਪਹਿਲਾਂ ਸੋਚ ਲਿਆ ਸੀ ਵੀ ਇੰਨੀ ਦੂਰ ਪਹੁੰਚ ਜਾਂਗੇ ਆਪਾਂ? ਪਹਿਲਾਂ ਵੀ ਸੋਚਿਆ ਸੀਗਾ ਵੀ ਹੌਲੀ ਹੌਲੀ ਚੱਲਦੇ ਜਾਵਾਂ, ਚੱਲ ਬਿਮਾਰ ਹੋ ਜਾਂਦਾ ਵੀ ਇੱਕ ਦੋ ਦਿਨ ਕਿਤੇ ਰੁਕ ਵੀ ਜਾਵਾਂਗੇ ਕਿਸੇ ਥਾਂ 'ਤੇ, ਭਾਵੇਂ 2-3 ਦਿਨ ਲੱਗ ਜਾਣ, ਪਰ ਹੌਲੀ ਹੌਲੀ ਅੱਗੇ ਚੱਲਦੇ ਜਾਵਾਂਗੇ। ਮਕਸਦ ਇਹ ਹੈ ਵੀ ਇੱਕ ਤਾਂ ਅੱਜ ਕੱਲ੍ਹ ਜੀ ਕਹਿੰਦੇ ਵੀ ਨੌਜਵਾਨ ਪੰਜਾਬ ਦੇ ਨਸ਼ੇ ਬਹੁਤ ਜ਼ਿਆਦਾ ਕਰਦੇ ਆ, ਜਿਵੇਂ ਹਿਮਾਚਲ 'ਚ ਗਏ ਸੀ ਅਸੀਂ, ਉੱਥੇ ਸਾਨੂੰ ਇੱਕ ਮਤਲਬ ਆਦਮੀ ਮਿਲਿਆ, ਉਹ ਕਹਿੰਦਾ ਵੀ ਤੁਸੀਂ ਕਿੱਥੋਂ ਆਏ ਹੋਗੇ, ਅਸੀਂ ਉਹਨਾਂ ਨੂੰ ਕਿਹਾ ਵੀ ਅਸੀਂ ਪੰਜਾਬ ਤੋਂ ਆਏ ਹਾਂ ਸਾਈਕਲ 'ਤੇ, ਉਹ ਕਹਿੰਦਾ ਨਹੀਂ ਇਹ ਹੋ ਹੀ ਨਹੀਂ ਸਕਦਾ, ਵੀ ਕਹਿੰਦਾ ਪੰਜਾਬ ਤਾਂ ਸਾਰਾ ਨਸ਼ਿਆਂ 'ਚ ਡੁੱਬਿਆ ਪਿਆ, ਕਹਿੰਦੇ ਤੁਸੀਂ ਕਿਵੇਂ ਸਾਈਕਲ 'ਤੇ ਇੱਦਾਂ ਆ ਸਕਦੇ? ਫਿਰ ਉਹ ਉਸ ਤਰ੍ਹਾਂ ਇਮੋਸ਼ਨਲ ਹੋ ਗਏ ਸੀ ਪੂਰੇ ਦੇਖ ਕੇ, ਫਿਰ ਉਹਨਾਂ ਨੇ ਵਧੀਆ ਸ਼ਾਬਾਸ਼ ਦਿੱਤੀ। ਅਤੇ ਇਹੀ ਕਹਿਣਾ ਚਾਹੁੰਦੇ ਹਾਂ ਪੰਜਾਬ ਦੇ ਨੌਜਵਾਨਾਂ ਨੂੰ ਵੀ ਜ਼ਿਆਦਾ ਤੋਂ ਜ਼ਿਆਦਾ ਸਾਈਕਲ ਦੀ ਵਰਤੋਂ ਕਰੋ, ਇੱਕ ਤਾਂ ਬੰਦਾ ਫਿੱਟ ਰਹਿੰਦਾ ਹੈਗਾ ਜੀ, ਅਤੇ ਮਤਲਬ ਪੋਜ਼ਿਟਿਵ ਰਹਿੰਦਾ ਹੈਗਾ ਬੰਦਾ। ਅਤੇ ਆ ਕੇ ਵੀ ਹੁਣ ਵੀ ਸਾਈਕਲ ਚਲਾਉਣੇ ਕਿ ਨਹੀਂ, ਚੋਣ ਬੰਦ ਕਰਤਾ ਫਿਰ? ਹਾਂ, ਹੁਣ ਵੀ ਚਲਾ ਰਹੇ ਹਾਂ ਜੀ, ਕਦੇ ਕਦੇ ਸਵੇਰੇ ਜਾ ਆਈਦਾ ਬਸ ਇੱਧਰ ਸੈਰ ਕਰਨ ਆਪਣੇ ਬਾਈਪਾਸ 'ਤੇ, ਅਤੇ ਹੁਣ ਅੱਗੇ ਵੀ ਹੋਰ ਯਾਤਰਾ ਪਲੈਨ ਕਰ ਰਹੇ ਹਾਂ ਜੀ। ਫਿਰ ਇਹ ਯਾਤਰਾ ਹੋਈ ਤਾਂ ਪਲੈਨ ਵੀ ਘੁੰਮਣ ਦਾ ਸ਼ੌਂਕ ਆ, ਪੈਸੇ ਹੈ ਨਹੀਂ ਸੀ ਫਿਰ ਹੀ ਸਾਈਕਲ 'ਤੇ ਜਾਣਾ ਪਿਆ? ਹਾਂ, ਪੈਸੇ ਹੈ ਨਹੀਂ ਸੀ ਅਜੇ ਜੀ, ਕੰਮ ਕਾਰ ਇੰਨਾ ਨਹੀਂ ਕਰਦੇ ਸੀ, ਮਤਲਬ ਪੜ੍ਹਾਈ ਕਰ ਰਹੇ ਸੀਗੇ, ਅਤੇ ਪੈਸਿਆਂ ਦਾ ਕਿਤੋਂ ਸਾਧਨ ਹਜੇ ਬਣਾਇਆ ਨਹੀਂ ਸੀਗਾ। ਫਿਰ ਸੋਚਿਆ ਵੀ ਚਲੋ ਸਾਈਕਲ 'ਤੇ ਚੱਲਦੇ ਹਾਂ, ਰਾਸ਼ਨ ਪਾਣੀ ਆਪਦੇ ਹੀ ਨਾਲ ਲੈ ਜਾਵਾਂਗੇ, ਵੀ 2-3 ਹਜ਼ਾਰ ਅਸੀਂ ਕਰਕੇ ਰਾਸ਼ਨ ਪਾਣੀ ਆਪ ਹੀ ਲੈ ਗਏ, ਅਤੇ ਉੱਥੇ ਆਪ ਹੀ ਖਾਣ ਨੂੰ ਬਣਾ ਲੈਂਦੇ ਸੀਗੇ, ਚਾਵਲ ਵਗੈਰਾ ਲੈ ਗਏ ਸੀ, ਦਾਲਾਂ ਹੋ ਗਈਆਂ, ਹੋਰ ਛੋਲੇ, ਇਹ ਬਸ ਛੋਲੇ ਭਿਉਂ ਕੇ ਖਾ ਲੈਂਦੇ ਸੀ, ਅਤੇ ਆਪਣਾ ਕੀ ਕਹਿੰਦੇ ਬਾਕੀ ਲੋਕਾਂ ਨੇ ਸੇਵਾ ਬਹੁਤ ਕਰੀ ਹੈ ਜੀ। ਬਿਲਕੁਲ, ਇਹ ਨੇ 2 ਨੌਜਵਾਨ ਬਠਿੰਡੇ ਦੇ ਜਿਹੜੇ ਹੋਰਨਾਂ ਨੌਜਵਾਨਾਂ ਲਈ ਮਿਸਾਲ ਬਣ ਰਹੇ ਨੇ, ਮਿਸਾਲ ਤਾਂ ਬਣ ਰਹੇ ਨੇ, ਸ਼ੌਂਕ ਹੈ ਘੁੰਮਣ ਦਾ
ਪਰ ਕਿਸੇ 'ਤੇ ਬੋਝ ਨਹੀਂ ਬਣੇ, ਮਾਂ ਬਾਪ 'ਤੇ ਬੋਝ ਨਹੀਂ ਬਣੇ। ਸਾਈਕਲ 'ਤੇ ਹੀ ਖੁਦ ਇਹਨਾਂ ਨੇ ਆਪਣਾ ਧਈਆ ਕਰ ਲਿਆ। ਸਾਈਕਲ 'ਤੇ ਕਰੀਬ 62 ਦਿਨਾਂ ਦਾ ਜਿਹੜਾ ਟੂਰ ਕੱਢਿਆ ਅਤੇ ਕਰੀਬ 2500 ਕਿਲੋਮੀਟਰ ਆ ਜਿਹੜੀ ਪਹਾੜਾਂ ਦੀ ਯਾਤਰਾ ਉਹ ਵੀ ਕੀਤੀ ਹੈ। ਅਤੇ ਹੁਣ ਗਾਂਹ ਨੂੰ ਵੀ ਹੋਰ ਵੀ ਪਲਾਨ ਕਰ ਰਹੇ ਨੇ ਅਤੇ ਹੋਰ ਨੌਜਵਾਨਾਂ ਨੂੰ ਵੀ ਅਪੀਲ ਕਰ ਰਹੇ ਨੇ ਕਿ ਨਸ਼ੇ ਛੱਡਣ ਅਤੇ ਸਾਈਕਲ ਜਾਂ ਹੋਰ ਆਪਦੀ ਪ੍ਰੈਕਟਿਸ ਕਰਨ, ਤਾਂ ਜੋ ਪੰਜਾਬ, ਜਿਸ ਤਰ੍ਹਾਂ ਇਹਨਾਂ ਨੇ ਦੱਸਿਆ ਕਿ ਹਿਮਾਚਲ 'ਚ ਗਏ ਤਾਂ ਉੱਥੇ ਲੋਕਾਂ ਨੇ ਸਵਾਲ ਵੀ ਚੁੱਕੇ ਕਿ ਪੰਜਾਬ ਦੇ ਨੌਜਵਾਨ ਨੇ ਜਿਹੜੇ ਉਹ ਨਸ਼ੇ 'ਚ ਗਲਤਾਨ ਹੁੰਦੇ ਜਾ ਰਹੇ ਨੇ, ਤੁਸੀਂ ਪੰਜਾਬ ਦੇ ਨੌਜਵਾਨ ਇੰਨੀ ਦੂਰ ਸਾਈਕਲਾਂ 'ਤੇ ਕਿਵੇਂ ਆਏ? ਤਾਂ ਕਿਤੇ ਨਾ ਕਿਤੇ ਪੰਜਾਬ ਦੀ ਜਿਹੜੀ ਦੁਰਦਸ਼ਾ ਹੈ, ਹੋਰਨਾਂ ਸਟੇਟਾਂ 'ਚ ਜਾ ਰਹੀ ਹੈ, ਪੰਜਾਬ ਦਾ ਨਾਂ ਬਦਨਾਮ ਹੋ ਰਿਹਾ, ਉਸ ਨੂੰ ਲੈ ਕੇ ਕਿਤੇ ਨਾ ਕਿਤੇ ਇਹਨਾਂ ਨੇ ਚੰਗਾ ਕਦਮ ਚੁੱਕਿਆ ਹੈਗਾ। ਮਨੀਸ਼ ਗਰਗ, PTC ਨਿਊਜ਼, ਬਠਿੰਡਾ।